Inkscape ਦੀ ਵਰਤੋਂ ਕਰਕੇ ਕ੍ਰੀਏਟ ਐਂਡ ਐਡਿਟ ਮਲਟੀਪਲ ਆਬਜੈਕਟਸ ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਾਂਗੇ ਆਬਜੈਕਟਸ ਨੂੰ ਕਾਪੀ ਅਤੇ ਪੇਸਟ ਕਰਨਾ, ਆਬਜੈਕਟਸ ਨੂੰ ਡੁਪਲੀਕੇਟ ਅਤੇ ਕਲੋਨ ਕਰਨਾ, ਵੱਖ-ਵੱਖ ਆਬਜੈਕਟਸ ਦੇ ਸਮੂਹ ਅਤੇ ਕ੍ਰਮ ਬਣਾਉਣਾ, ਮਲਟੀਪਲ ਸਿਲੈਕਸ਼ਨ ਅਤੇ ਇਨਵਰਟ ਸਿਲੈਕਸ਼ਨ, ਕਲਿਪਿੰਗ ਅਤੇ ਮਾਸਕਿੰਗ। ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੂ ਲਿਨਕਸ 12.04 ਆਪਰੇਟਿੰਗ ਸਿਸਟਮ, ਇੰਕਸਕੇਪ ਵਰਜ਼ਨ 0.48.4। ਡੈਸ਼ ਹੋਮ ਉੱਤੇ ਜਾਓ ਅਤੇ ਟਾਈਪ ਕਰੋ ਇੰਕਸਕੇਪ। ਤੁਸੀਂ ਲੋਗੋ ਉੱਤੇ ਕਲਿੱਕ ਕਰਕੇ ਇੰਕਸਕੇਪ ਖੋਲ ਸਕਦੇ ਹੋ। ਅਸਾਈਨਮੈਂਟ -1.svg ਫਾਈਲ ਖੋਲੋ ਜਿਸ ਨੂੰ ਅਸੀਂ ਪਹਿਲਾਂ ਹੀ ਬਣਾਇਆ ਹੈ। ਮੈਂ ਇਸ ਨੂੰ ਡਾਕੂਮੈਂਟ ਫੋਲਡਰ ਵਿੱਚ ਸੇਵ ਕੀਤਾ ਹੈ। ਪਹਿਲਾਂ ਅਸੀਂ ਸਿੱਖਾਂਗੇ ਕਿ ਇੱਕ ਆਬਜੈਕਟ ਨੂੰ ਕਿਵੇਂ ਕਾਪੀ ਅਤੇ ਪੇਸਟ ਕਰਦੇ ਹਨ। ਅਜਿਹਾ ਕਰਨ ਦੇ ਲਈ ਸਾਨੂੰ ਪਹਿਲਾਂ ਇੱਕ ਆਬਜੈਕਟ ਨੂੰ ਚੁਣਨਾ ਚਾਹੀਦਾ ਹੈ। ਸੋ ਪੈਂਟਾਗਨ ਉੱਤੇ ਕਲਿੱਕ ਕਰੋ। ਹੁਣ ਇਸ ਨੂੰ ਕਾਪੀ ਕਰਨ ਦੇ ਲਈ ਆਪਣੇ ਕੀਬੋਰਡ ਉੱਤੇ Ctrl+C ਦਬਾਓ। ਹੁਣ ਆਬਜੈਕਟ ਨੂੰ ਪੇਸਟ ਕਰਨ ਦੇ ਲਈ Ctrl+V ਦਬਾਓ। ਤੁਸੀਂ ਪੈਂਟਾਗਨ ਦੀ ਕਾਪੀ ਕੈਨਵਸ ਉੱਤੇ ਦੇਖ ਸਕਦੇ ਹੋ। ਆਬਜੈਕਟਸ ਦੀ ਕਾਪੀ ਬਣਾਉਣ ਲਈ ਤਿੰਨ ਹੋਰ ਤਰੀਕੇ ਹਨ। ਇਸ ਸਾਰੇ ਤਿੰਨ ਤਰੀਕਿਆਂ ਵਿੱਚ ਆਬਜੈਕਟਸ ਦੀ ਇੱਕ ਕਾਪੀ ਮੂਲ ਆਬਜੈਕਟਸ ਦੇ ਉੱਤੇ ਬਣਦੀ ਹੈ। ਪਹਿਲੇ ਤਰੀਕੇ ਨੂੰ ਪੇਸਟ ਸਪੈਸ਼ਲ ਕਹਿੰਦੇ ਹਨ। ਯਾਦ ਰੱਖੋ ਕਿ ਅਸੀਂ ਆਬਜੈਕਟਸ ਨੂੰ ਕਾਪੀ ਕਰਨ ਲਈ Ctrl+C ਪਹਿਲਾਂ ਹੀ ਦਬਾਇਆ ਹੋਇਆ ਹੈ। ਜਿੱਥੋਂ ਇਸ ਨੂੰ ਕਾਪੀ ਕੀਤਾ ਗਿਆ ਸੀ ਉਸ ਨੂੰ ਠੀਕ ਜਗ੍ਹਾ ਉੱਤੇ ਆਬਜੈਕਟਸ ਨੂੰ ਪੇਸਟ ਕਰਨ ਲਈ Ctrl+Alt+V ਬਟਨ ਦਬਾਓ। ਮੂਲ ਆਬਜੈਕਟ ਨੂੰ ਇਸ ਦੇ ਹੇਠਾਂ ਸੱਜੇ ਵੱਲ ਦੇਖਣ ਲਈ ਕਾਪੀ ਕੀਤੇ ਗਏ ਆਬਜੈਕਟ ਨੂੰ ਕਾਪੀ ਕਰੋ। ਇਹਨਾਂ ਦੋਨਾਂ ਆਬਜੈਕਟਸ ਨੂੰ ਮੂਵ ਕਰੋ ਅਤੇ ਇੱਕ ਤਰਫ ਰੱਖੋ। ਦੂਜੇ ਤਰੀਕੇ ਨੂੰ ਡੁਪਲੀਕੇਸ਼ਨ ਕਹਿੰਦੇ ਹਨ। ਡੁਪਲੀਕੇਸ਼ਨ ਦੇ ਲਈ ਸਾਨੂੰ ਪਹਿਲਾਂ ਆਬਜੈਕਟ ਨੂੰ ਕਾਪੀ ਕਰਨ ਦੀ ਲੋੜ ਨਹੀਂ ਹੈ। ਪੈਂਟਾਗਨ ਨੂੰ ਚੁਣੋ ਅਤੇ ਆਪਣੇ ਕੀਬੋਰਡ ਉੱਤੇ Ctrl+D ਦਬਾਓ। ਹੁਣ ਮੂਲ ਦੇ ਠੀਕ ਉੱਤੇ ਇੱਕ ਡੁਪਲੀਕੇਟ ਪੈਂਟਾਗਨ ਬਣਦਾ ਹੈ। ਹੁਣ ਇਸ ਦੇ ਹੇਠਾਂ ਮੂਲ ਨੂੰ ਦੇਖਣ ਲਈ ਡੁਪਲੀਕੇਟ ਆਬਜੈਕਟ ਨੂੰ ਮੂਵ ਕਰੋ। ਡੁਪਲੀਕੇਟ ਆਬਜੈਕਟ ਵਿੱਚ ਬਦਲਾਵ ਮੂਲ ਆਬਜੈਕਟ ਉੱਤੇ ਪ੍ਰਭਾਵ ਨਹੀਂ ਪਾਉਂਦੇ ਹਨ। ਇਸ ਦਾ ਰੰਗ ਹਰੇ ਵਿੱਚ ਬਦਲ ਕੇ ਅਤੇ ਸਾਈਜ਼ ਘੱਟ ਕਰਕੇ ਇਸ ਨੂੰ ਜਾਂਚੋ। ਤੀਜਾ ਤਰੀਕਾ ਕਲੋਨਿੰਗ ਹੈ। ਐਲਿਪਸ ਉੱਤੇ ਕਲਿੱਕ ਕਰੋ ਅਤੇ ਕਲੋਨ ਨੂੰ ਬਣਾਉਣ ਲਈ Alt+D ਦਬਾਓ। ਪਹਿਲਾਂ ਦੀ ਤਰ੍ਹਾਂ ਕਲੋਨਡ ਆਬਜੈਕਟ ਮੂਲ ਦੇ ਠੀਕ ਉੱਤੇ ਬਣਦਾ ਹੈ। ਇਸ ਨੂੰ ਦੇਖਣ ਲਾਇਕ ਬਣਾਉਣ ਲਈ ਇੱਕ ਪਾਸੇ ਮੂਵ ਕਰੋ। ਕਿਰਪਾ ਕਰਕੇ ਧਿਆਨ ਦਿਓ ਕਿ ਕਲੋਨਡ ਆਬਜੈਕਟ ਹਮੇਸ਼ਾ ਮੂਲ ਆਬਜੈਕਟਸ ਨਾਲ ਜੁੜ ਜਾਵੇਗਾ। ਮੂਲ ਆਬਜੈਕਟ ਨੂੰ ਇਸ ਦੇ ਪੇਰੈਂਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਮੂਲ ਆਬਜੈਕਟ ਵਿੱਚ ਕੋਈ ਵੀ ਬਦਲਾਵ ਜਿਵੇਂ ਕਿ ਸਾਈਜ਼, ਰੰਗ ਆਦਿ ਵਿੱਚ ਇਸ ਦੇ ਕਲੋਨ ਨੂੰ ਪ੍ਰਭਾਵਿਤ ਕਰੇਗਾ। ਮੂਲ ਆਬਜੈਕਟ ਦੇ ਰੰਗ ਨੂੰ ਗੁਲਾਬੀ ਵਿੱਚ ਬਦਲ ਕੇ ਇਸ ਨੂੰ ਰੋਟੇਟ ਕਰੋ ਅਤੇ ਇਸ ਦਾ ਸਾਈਜ਼ ਘੱਟ ਕਰਕੇ ਇਸ ਨੂੰ ਜਾਂਚੋ। ਵੇਖੋ ਕਿ ਸਮਾਨ ਬਦਲਾਵ ਆਪਣੇ ਆਪ ਹੀ ਕਲੋਨਡ ਆਬਜੈਕਟ ਵਿੱਚ ਹੁੰਦੇ ਹਨ। ਮੂਲ ਆਬਜੈਕਟ ਤੋਂ ਕਲੋਨ ਨੂੰ ਵੱਖ ਕਰਨ ਦੇ ਲਈ ਪਹਿਲਾਂ ਕਲੋਨ ਨੂੰ ਚੁਣੋ ਅਤੇ ਫਿਰ Shift+Alt+D ਦਬਾਓ। ਹੁਣ ਮੂਲ ਆਬਜੈਕਟ ਨੂੰ ਦੁਬਾਰਾ ਚੁਣੋ ਅਤੇ ਇਸ ਦੇ ਸਾਈਜ਼ ਨੂੰ ਬਦਲੋ। ਵੇਖੋ ਕਿ ਕਲੋਨਡ ਆਬਜੈਕਟ ਪ੍ਰਭਾਵਿਤ ਨਹੀਂ ਹੁੰਦਾ ਹੈ। ਇਸ ਆਪਰੇਸ਼ਨਸ ਲਈ ਸ਼ਾਰਟਕਟ ਆਈਕਨਸ ਕਮਾਂਡ ਬਾਰ ਵਿੱਚ ਉਪਲਬਧ ਹਨ ਜਿਵੇਂ ਕਿ ਦਿਖਾਇਆ ਗਿਆ ਹੈ। ਮਲਟੀਪਲ ਆਬਜੈਕਟਸ ਨੂੰ ਚੁਣਨ ਲਈ ਸ਼ਿਫਟ ਕੀ ਨੂੰ ਦਬਾ ਕੇ ਰੱਖੋ ਅਤੇ ਆਬਜੈਕਟ ਉੱਤੇ ਕਲਿੱਕ ਕਰੋ ਜਿਸ ਨੂੰ ਤੁਸੀਂ ਚੁਣਨਾ ਚਾਹੁੰਦੇ ਹੋ। ਮੈਂ ਪਹਿਲਾਂ ਐਲਿਪਸ ਨੂੰ ਚੁਣਾਂਗਾ, ਫਿਰ ਮੈਂ ਸ਼ਿਫਟ ਕੀ ਦਬਾ ਕੇ ਰੱਖਾਂਗਾ ਅਤੇ ਹੋਰ ਐਲਿਪਸ ਨੂੰ ਚੁਣਾਂਗਾ। ਧਿਆਨ ਦਿਓ ਕਿ ਦੋਨੋਂ ਆਬਜੈਕਟਸ ਹੁਣ ਚੁਣੇ ਹੋਏ ਹਨ। Ctrl+G ਬਟਨਾਂ ਨੂੰ ਇਕੱਠੇ ਦਬਾ ਕੇ ਅਸੀਂ ਹੁਣ ਉਹਨਾਂ ਨੂੰ ਸਮੂਹ ਵਿੱਚ ਕਰ ਸਕਦੇ ਹਾਂ। ਧਿਆਨ ਦਿਓ ਕਿ ਐਲਿਪਸ ਹੁਣ ਇੱਕ ਆਬਜੈਕਟ ਦੇ ਰੂਪ ਵਿੱਚ ਸਮੂਹਿਤ ਹੋ ਗਏ ਹਨ। ਤੁਸੀਂ ਉਹਨਾਂ ਨੂੰ ਆਸ-ਪਾਸ ਮੂਵ ਕਰ ਸਕਦੇ ਹੋ ਅਤੇ ਤੁਸੀਂ ਵੇਖੋਗੇ ਕਿ ਦੋਨੋਂ ਆਬਜੈਕਟਸ ਇੱਕ ਆਬਜੈਕਟ ਦੇ ਰੂਪ ਵਿੱਚ ਮੂਵ ਹੁੰਦੇ ਹਨ। ਸਮੂਹ ਦੇ ਸਾਈਜ਼ ਨੂੰ ਬਦਲਣ ਦੀ ਕੋਸ਼ਿਸ਼ ਕਰੋ ਅਤੇ ਤੁਸੀਂ ਵੇਖੋਗੇ ਕਿ ਦੋਨੋਂ ਆਬਜੈਕਟਸ ਦਾ ਸਾਈਜ਼ ਅਨੁਪਾਤ ਵਿੱਚ ਬਦਲਦਾ ਹੈ। ਰੰਗ ਨੂੰ ਨੀਲੇ ਵਿੱਚ ਬਦਲੋ ਅਤੇ ਵੇਖੋ ਕਿ ਦੋਨੋਂ ਆਬਜੈਕਟਸ ਸਮਾਨ ਰੰਗ ਵਿੱਚ ਬਦਲਦੇ ਹਨ। ਅਸੀਂ ਕੀ ਕਰਾਂਗੇ ਜੇਕਰ ਅਸੀਂ ਸਮੂਹ ਵਿੱਚ ਕੇਵਲ ਕਿਸੇ ਇੱਕ ਆਬਜੈਕਟ ਦੀ ਪ੍ਰਾਪਰਟੀ ਨੂੰ ਬਦਲਣਾ ਚਾਹੁੰਦੇ ਹਾਂ?
समूह ਵਿੱਚੋਂ ਇੱਕ ਆਬਜੈਕਟ ਨੂੰ ਚੁਣਨ ਲਈ ਕੰਟਰੋਲ ਬਟਨ ਦਬਾਓ ਅਤੇ ਆਬਜੈਕਟ ਉੱਤੇ ਕਲਿੱਕ ਕਰੋ। ਇਸ ਪ੍ਰਕਿਰਿਆ ਦੁਆਰਾ ਅਸੀਂ ਸਮੂਹ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਅਤੇ ਵਿਅਕਤੀਗਤ ਆਬਜੈਕਟਸ ਨੂੰ ਚੁਣ ਸਕਦੇ ਹਾਂ। ਸਮੂਹ ਵਿੱਚੋਂ ਬਾਹਰ ਆਉਣ ਦੇ ਲਈ ਕੈਨਵਸ ਉੱਤੇ ਕਿਤੇ ਵੀ ਖਾਲੀ ਸਥਾਨ ਉੱਤੇ ਕਲਿੱਕ ਕਰੋ। ਆਬਜੈਕਟਸ ਨੂੰ ਵੱਖ ਕਰਨ ਲਈ ਪਹਿਲਾਂ ਸਮੂਹ ਨੂੰ ਚੁਣੋ ਅਤੇ ਕੰਟਰੋਲ ਸ਼ਿਫਟ ਜੀ ਬਟਨਾਂ ਜਾਂ ਕੰਟਰੋਲ ਯੂ ਬਟਨਾਂ ਨੂੰ ਦਬਾਓ। ਹੁਣ ਐਲਿਪਸ ਵੱਖ ਵੱਖ ਹੋ ਗਏ ਹਨ। ਇਨ੍ਹਾਂ ਆਪਰੇਸ਼ਨਸ ਲਈ ਸ਼ਾਰਟਕੱਟ ਆਈਕਨਸ ਕਮਾਂਡ ਬਾਰ ਉੱਤੇ ਉਪਲਬਧ ਹਨ ਜਿਵੇਂ ਵਿਖਾਇਆ ਗਿਆ ਹੈ। ਕੈਨਵਸ ਉੱਤੇ ਸਾਰੇ ਆਬਜੈਕਟਸ ਨੂੰ ਚੁਣਨ ਲਈ ਕੰਟਰੋਲ ਏ ਬਟਨ ਦਬਾਓ। ਸਾਰੇ ਆਬਜੈਕਟਸ ਨੂੰ ਅਣਚੁਣਿਆ ਕਰਨ ਦੇ ਲਈ ਕੈਨਵਸ ਉੱਤੇ ਕਿਤੇ ਵੀ ਖਾਲੀ ਸਥਾਨ ਉੱਤੇ ਕਲਿੱਕ ਕਰੋ। ਜੇਕਰ ਅਸੀਂ ਕਿਸੇ ਵਿਸ਼ੇਸ਼ ਨੂੰ ਛੱਡ ਕੇ ਸਾਰੇ ਆਬਜੈਕਟਸ ਨੂੰ ਚੁਣਨਾ ਚਾਹੁੰਦੇ ਹਾਂ ਤਾਂ ਅਸੀਂ ਇਨਵਰਟ ਸਿਲੈਕਸ਼ਨ ਆਪਸ਼ਨਸ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਐਰੋ ਨੂੰ ਛੱਡ ਕੇ ਸਾਰੇ ਆਬਜੈਕਟਸ ਨੂੰ ਚੁਣਨਾ ਚਾਹੁੰਦੇ ਹਾਂ ਤਾਂ ਪਹਿਲਾਂ ਐਰੋ ਉੱਤੇ ਕਲਿੱਕ ਕਰੋ, ਐਡਿਟ ਮੈਨਿਊ ਉੱਤੇ ਜਾਓ ਅਤੇ ਇਨਵਰਟ ਸਿਲੈਕਸ਼ਨ ਉੱਤੇ ਕਲਿੱਕ ਕਰੋ। ਧਿਆਨ ਦਿਓ ਕਿ ਕੈਨਵਸ ਵਿੱਚ ਐਰੋ ਨੂੰ ਛੱਡ ਕੇ ਸਾਰੇ ਆਬਜੈਕਟਸ ਚੁਣੇ ਹੋਏ ਹਨ। ਹੁਣ ਸਿੱਖਦੇ ਹਾਂ ਕਿ ਆਬਜੈਕਟਸ ਨੂੰ ਕਿਵੇਂ ਕ੍ਰਮਬੱਧ ਕਰਦੇ ਹਨ। ਵੱਡੇ ਪੈਂਟਾਗਨ ਉੱਤੇ ਛੋਟੇ ਪੈਂਟਾਗਨ ਨੂੰ ਮੂਵ ਕਰੋ। ਹੁਣ ਇੱਕ ਸਟਾਰ ਬਣਾਓ ਅਤੇ ਇਸ ਨੂੰ ਛੋਟੇ ਪੈਂਟਾਗਨ ਉੱਤੇ ਰੱਖੋ। ਛੋਟੇ ਪੈਂਟਾਗਨ ਨੂੰ ਚੁਣੋ, ਆਬਜੈਕਟ ਮੈਨਿਊ ਉੱਤੇ ਜਾਓ ਅਤੇ ਰੇਜ਼ ਉੱਤੇ ਕਲਿੱਕ ਕਰੋ। ਵੇਖੋ, ਹੁਣ ਛੋਟਾ ਪੈਂਟਾਗਨ ਵੱਧ ਗਿਆ ਹੈ ਅਤੇ ਸਟਾਰ ਦੇ ਉੱਤੇ ਹੈ। ਹੁਣ ਸਟਾਰ ਉੱਤੇ ਕਲਿੱਕ ਕਰੋ, ਆਬਜੈਕਟ ਮੈਨਿਊ ਉੱਤੇ ਜਾਓ, ਲੋਅਰ ਉੱਤੇ ਕਲਿੱਕ ਕਰੋ। ਹੁਣ ਸਟਾਰ ਹੇਠਾਂ ਦੇ ਵੱਲ ਮੂਵ ਹੁੰਦਾ ਹੈ ਅਤੇ ਵੱਡਾ ਪੈਂਟਾਗਨ ਇਸ ਦੇ ਉੱਤੇ ਦਿਖਾਈ ਦਿੰਦਾ ਹੈ। ਹੁਣ ਵੱਡੇ ਪੈਂਟਾਗਨ ਉੱਤੇ ਕਲਿੱਕ ਕਰੋ, ਆਬਜੈਕਟ ਮੈਨਿਊ ਉੱਤੇ ਜਾਓ ਅਤੇ ਰੇਜ਼ ਟੂ ਟੌਪ ਉੱਤੇ ਕਲਿੱਕ ਕਰੋ। ਹੁਣ ਵੱਡਾ ਪੈਂਟਾਗਨ ਸਭ ਤੋਂ ਉੱਤੇ ਦਿਖਾਈ ਦਿੰਦਾ ਹੈ। ਹੁਣ ਫਿਰ ਦੁਬਾਰਾ ਆਬਜੈਕਟ ਮੈਨਿਊ ਉੱਤੇ ਜਾਓ, ਲੋਅਰ ਟੂ ਬੋਟਮ ਉੱਤੇ ਕਲਿੱਕ ਕਰੋ। ਵੇਖੋ, ਵੱਡਾ ਪੈਂਟਾਗਨ ਹੇਠਾਂ ਮੂਵ ਹੁੰਦਾ ਹੈ। ਅਸੀਂ ਇਸ ਆਪਸ਼ਨਸ ਨੂੰ ਟੂਲ ਕੰਟਰੋਲਸ ਬਾਰ ਵਿੱਚ ਵੀ ਪਾ ਸਕਦੇ ਹਾਂ। ਹੁਣ ਸਿੱਖਦੇ ਹਾਂ ਕਿ ਕਲਿੱਪਿੰਗ ਕਿਵੇਂ ਕਰਦੇ ਹਨ। ਕਲਿੱਪਿੰਗ ਤੁਹਾਡੇ ਮੁਸ਼ਕਲ ਆਬਜੈਕਟਸ ਨੂੰ ਤੇਜ਼ੀ ਅਤੇ ਆਸਾਨੀ ਨਾਲ ਉਹਨਾਂ ਦੀ ਸਾਰੀ ਸ਼ੇਪ ਨੂੰ ਬਦਲ ਕੇ ਤੁਹਾਡੇ ਡਿਜ਼ਾਈਨ ਦੇ ਹੋਰ ਐਲੀਮੈਂਟ ਜਾਂ ਸਰੂਪ ਨੂੰ ਉਸਦੇ ਸਮਾਨ ਬਣਾਉਂਦਾ ਹੈ। ਇਸ ਪੇਸ਼ਕਾਰੀ ਲਈ ਮੈਂ ਇੱਕ ਇਮੇਜ ਦੀ ਵਰਤੋਂ ਕਰਾਂਗਾ। ਮੇਰੇ ਕੋਲ ਇੱਥੇ ਨਵੀਂ ਇੰਕਸਕੇਪ ਫਾਈਲ ਵਿੱਚ ਇੱਕ ਇਮੇਜ ਹੈ। ਇਸ ਇਮੇਜ ਉੱਤੇ ਮੈਂ ਇੱਕ ਐਲਿਪਸ ਸ਼ੇਪ ਬਣਾਵਾਂਗਾ। ਹੁਣ ਇਮੇਜ ਅਤੇ ਐਲਿਪਸ ਨੂੰ ਚੁਣੋ, ਆਬਜੈਕਟ ਮੈਨਿਊ ਉੱਤੇ ਜਾਓ, ਕਲਿੱਪ ਉੱਤੇ ਕਲਿੱਕ ਕਰੋ ਅਤੇ ਫਿਰ ਸੈੱਟ ਉੱਤੇ ਕਲਿੱਕ ਕਰੋ। ਵੇਖੋ ਕਿ ਇਮੇਜ ਹੁਣ ਐਲਿਪਸ ਦੀ ਸ਼ੇਪ ਵਿੱਚ ਕਲਿੱਪ ਹੋ ਗਈ ਹੈ। ਕਲਿੱਪਿੰਗ ਵਿੱਚ ਆਬਜੈਕਟਸ ਦੀ ਸ਼ੇਪ ਕਲਿੱਪ ਦੇ ਰੂਪ ਵਿੱਚ ਉਪਯੋਗਿਤ ਹੈ ਜੋ ਦਿਖਾਏ ਹੋਏ ਖੇਤਰ ਨੂੰ ਪ੍ਰਭਾਸ਼ਿਤ ਕਰਦਾ ਹੈ। ਅਸੀਂ ਆਬਜੈਕਟ ਮੈਨਿਊ ਉੱਤੇ ਵਾਪਸ ਜਾ ਕੇ ਕਲਿੱਪ ਨੂੰ ਹਟਾ ਸਕਦੇ ਹਾਂ। ਕਲਿੱਪ ਉੱਤੇ ਕਲਿੱਕ ਕਰੋ ਅਤੇ ਫਿਰ ਰਿਲੀਜ਼ ਉੱਤੇ ਕਲਿੱਕ ਕਰੋ। ਹੁਣ ਕਲਿੱਪ ਰਿਲੀਜ਼ ਹੁੰਦੀ ਹੈ। ਹੁਣ ਮਾਸਕਿੰਗ ਕਰਨਾ ਸਿੱਖਦੇ ਹਾਂ। ਮਾਸਕਿੰਗ ਕਲਿੱਪਿੰਗ ਦੇ ਸਮਾਨ ਹੈ। ਮਾਸਕਿੰਗ ਵਿੱਚ ਇੱਕ ਆਬਜੈਕਟ ਦੀ ਪਾਰਦਰਸ਼ਤਾ ਜਾਂ ਚਮਕ ਦੂਜੇ ਆਬਜੈਕਟ ਦੀ ਓਪੈਸਿਟੀ ਨੂੰ ਨਿਰਧਾਰਿਤ ਕਰਦਾ ਹੈ। ਮਾਸਕਿੰਗ ਦੀ ਪੇਸ਼ਕਾਰੀ ਦੇ ਲਈ ਮੈਂ ਗ੍ਰੇਡੀਐਂਟ ਟੂਲ ਦੀ ਵਰਤੋਂ ਕਰਕੇ ਪਹਿਲਾਂ ਐਲਿਪਸ ਨੂੰ ਅੱਧ ਪਾਰਦਰਸ਼ੀ ਬਣਾਵਾਂਗਾ। ਹੁਣ ਐਲਿਪਸ ਚੁਣੋ, ਆਬਜੈਕਟ ਮੈਨਿਊ ਉੱਤੇ ਜਾਓ, ਫਿਲ ਐਂਡ ਸਟ੍ਰੋਕ ਉੱਤੇ ਕਲਿੱਕ ਕਰੋ, ਰੇਡੀਅਲ ਗ੍ਰੇਡੀਐਂਟ ਉੱਤੇ ਕਲਿੱਕ ਕਰੋ ਅਤੇ ਫਿਰ ਐਡਿਟ ਉੱਤੇ ਕਲਿੱਕ ਕਰੋ। ਰੰਗ ਨੂੰ ਸਫੇਦ ਵਿੱਚ ਬਦਲਣ ਲਈ RGB ਸਲਾਈਡਰ ਨੂੰ ਇੱਕਦਮ ਸੱਜੇ ਮੂਵ ਕਰੋ। ਸਟੌਪ ਡ੍ਰੌਪ ਡਾਊਨ ਐਰੋ ਉੱਤੇ ਕਲਿੱਕ ਕਰੋ ਅਤੇ ਹੋਰ ਸਟੌਪ ਨੂੰ ਚੁਣੋ। ਰੰਗ ਨੂੰ ਕਾਲਾ ਅਤੇ ਐਲਫਾ ਵੈਲਿਊ ਨੂੰ 255 ਵਿੱਚ ਬਦਲਣ ਲਈ RGB ਸਲਾਈਡਰ ਨੂੰ ਇੱਕਦਮ ਖੱਬੇ ਵੱਲ ਮੂਵ ਕਰੋ। ਵਿਚਕਾਰ ਇੱਕ ਹੋਰ ਰੰਗ ਜੋੜਨ ਲਈ ਐਡ ਸਟੌਪ ਉੱਤੇ ਕਲਿੱਕ ਕਰੋ। ਨੋਡ ਟੂਲ ਉੱਤੇ ਕਲਿੱਕ ਕਰੋ ਅਤੇ ਡਾਇਮੰਡ ਹੈਂਡਲ ਨੂੰ ਉੱਤੇ ਸਿਰੇ ਵੱਲ ਮੂਵ ਕਰੋ। ਹੁਣ ਇਮੇਜ ਅਤੇ ਐਲਿਪਸ ਨੂੰ ਚੁਣੋ, ਆਬਜੈਕਟ ਮੈਨਿਊ ਉੱਤੇ ਜਾਓ, ਮਾਸਕ ਉੱਤੇ ਕਲਿੱਕ ਕਰੋ ਅਤੇ ਫਿਰ ਸੈੱਟ ਉੱਤੇ ਕਲਿੱਕ ਕਰੋ। ਵੇਖੋ ਕਿ ਮਾਸਕ ਇਮੇਜ ਉੱਤੇ ਬਣ ਗਿਆ ਹੈ। ਧਿਆਨ ਦਿਓ ਕਿ ਇਮੇਜ ਮਾਸਕਿੰਗ ਆਬਜੈਕਟ ਦੀ ਪਾਰਦਰਸ਼ਤਾ ਵਿਸ਼ੇਸ਼ਤਾਵਾਂ ਲੈਂਦੀ ਹੈ ਜੋ ਕਿ ਐਲਿਪਸ ਹੈ। ਮਾਸਕ ਹਟਾਉਣ ਲਈ ਆਬਜੈਕਟ ਮੈਨਿਊ ਉੱਤੇ ਵਾਪਸ ਜਾਓ, ਮਾਸਕ ਉੱਤੇ ਕਲਿੱਕ ਕਰੋ ਅਤੇ ਫਿਰ ਰਿਲੀਜ਼ ਉੱਤੇ ਕਲਿੱਕ ਕਰੋ। ਮਾਸਕ ਹੁਣ ਹਟ ਗਿਆ ਹੈ। ਸੰਖੇਪ ਵਿੱਚ, ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ ਆਬਜੈਕਟਸ ਨੂੰ ਕਾਪੀ ਅਤੇ ਪੇਸਟ ਕਰਨਾ।
ਡੁਪਲੀਕੇਟ ਅਤੇ ਕਲੋਨ ਆਬਜੈਕਟਸ ਵੱਖ-ਵੱਖ ਆਬਜੈਕਟਸ ਨੂੰ ਸਮੂਹ ਵਿੱਚ ਅਤੇ ਕ੍ਰਮਬੱਧ ਕਰਨਾ ਮਲਟੀਪਲ ਸਿਲੈਕਸ਼ਨ ਅਤੇ ਇਨਵਰਟ ਸਿਲੈਕਸ਼ਨ ਕਲਿਪਿੰਗ ਅਤੇ ਮਾਸਕਿੰਗ ਇੱਥੇ ਤੁਹਾਡੇ ਲਈ ਦੋ ਅਸਾਈਨਮੈਂਟ ਹਨ ਪੂਰੇ ਰੰਗ ਵਿੱਚ ਇੱਕ ਵਰਟੀਕਲ ਐਲਿਪਸ ਅਤੇ ਕਾਲੇ ਰੰਗ ਵਿੱਚ ਇੱਕ ਚੱਕਰ ਬਣਾਓ ਐਲਿਪਸ ਉੱਤੇ ਕੇਂਦਰ ਉੱਤੇ ਚੱਕਰ ਨੂੰ ਰੱਖੋ ਇਹ ਅੱਖ ਦੇ ਸਰੂਪ ਦੀ ਤਰ੍ਹਾਂ ਦਿਖਣਾ ਚਾਹੀਦਾ ਹੈ ਹੁਣ ਉਹਨਾਂ ਨੂੰ ਸਮੂਹ ਵਿੱਚ ਰੱਖੋ ਇੱਕ ਦੂਜੀ ਅੱਖ ਬਣਾਉਣ ਲਈ ਇੱਕ ਕਲੋਨ ਬਣਾਓ ਦੋਨੋਂ ਅੱਖਾਂ ਨੂੰ ਦਿਖਣ ਯੋਗ ਬਣਾਉਣ ਲਈ ਇਸ ਨੂੰ ਇੱਕ ਪਾਸੇ ਮੂਵ ਕਰੋ ਨੀਲੇ ਰੰਗ ਵਿੱਚ ਇੱਕ ਚੱਕਰ ਅਤੇ ਲਾਲ ਰੰਗ ਵਿੱਚ ਇੱਕ ਵਰਗ ਨੂੰ ਬਣਾਓ ਵਰਗ ਦਾ ਡੁਪਲੀਕੇਟ ਬਣਾਓ ਅਤੇ ਦੋਨੋਂ ਵਰਗਾਂ ਨੂੰ ਵਿਕਰਨ ਰੂਪ ਵਜੋਂ ਵਿਪਰੀਤ ਦਿਸ਼ਾ ਵਿੱਚ ਰੱਖੋ ਦੋਨੋਂ ਵਰਗਾਂ ਨੂੰ ਚੁਣੋ ਅਤੇ ਉਹਨਾਂ ਨੂੰ ਇੱਕ ਆਬਜੈਕਟ ਵਿੱਚ ਸਮੂਹਿਤ ਕਰੋ ਚੱਕਰ ਨੂੰ ਸਮੂਹਿਤ ਵਰਗਾਂ ਦੇ ਉੱਤੇ ਕੇਂਦਰ ਵਿੱਚ ਰੱਖੋ ਦੋਨੋਂ ਨੂੰ ਚੁਣੋ ਅਤੇ ਇੱਕ ਕਲਿੱਪ ਬਣਾਓ ਇਹ ਧਨੁਸ਼ ਦੀ ਤਰ੍ਹਾਂ ਦਿਖਣਾ ਚਾਹੀਦਾ ਹੈ ਤੁਹਾਡੀ ਸੰਪੂਰਨ ਅਸਾਈਨਮੈਂਟ ਇਸ ਤਰ੍ਹਾਂ ਦਿਖਣੀ ਚਾਹੀਦੀ ਹੈ ਹੇਠਾਂ ਦਿੱਤੇ ਲਿੰਕ ਉੱਤੇ ਉਪਲਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਇਹ ਭਾਰਤ ਸਰਕਾਰ ਦੇ MHRD ਦੇ ICT ਦੇ ਮਾਧਿਅਮ ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸਪੋਰਟ ਕੀਤਾ ਗਿਆ ਹੈ ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲਬਧ ਹੈ ਹੁਣ ਅਸੀਂ ਇਸ ਟਿਊਟੋਰੀਅਲ ਦੇ ਅੰਤ ਵਿੱਚ ਆ ਗਏ ਹਾਂ ਇਹ ਸਕ੍ਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ IIT ਬੰਬੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਧੰਨਵਾਦ